ਉਮਰ ਕਹਿ ਛਾਲ ਮਾਰਤੀ, ਮਰ ਗਿਆ। ਮਰਨਾ ਸੀ ਕਿਹੜਾ, ਭੂਆ ਕੋਲ ਗਿਆ ਸੀ। ਹੁਣ ਮਗਰੋਂ ਇੱਕ ਬੰਦਾ ਰਹਿ ਗਿਆ ਸਰਦਾਰ ਪੰਜਾਬੀ, ਕਹਿੰਦੇ ਸਰਦਾਰ ਜੀ ਕੁਰਬਾਨੀ ਦਿਓ। ਕਹਿੰਦਾ ਇਹੋ ਜਿਹੀ ਕੁਰਬਾਨੀ ਮੈਂ 20 ਦਫਾ ਦੇ ਚੁੱਕੇ ਹਾਂ। ਬੰਦਾ ਪੰਜਾਬੀ ਸੀ, ਕਹਿੰਦਾ ਸਾਡੇ ਗੁਰੂਆਂ ਨੇ ਤਲੀ ਤੇ ਸੀਸ ਧਰ ਕੇ ਲੜਾਈਆਂ ਲੜੀਆਂ ਸੀ, ਕਿਹੜਾ ਘੱਟ ਹੈ। ਕਹਿੰਦਾ ਸਾਰੇ ਅੰਤਰ ਧਿਆਨ ਹੋ ਜਾਓ। ਸਾਰੇ ਬੰਦਾਂ ਦੀਆਂ ਅੱਖਾਂ ਬੰਦ ਕਰਾ ਲਈਆਂ, ਮੁੱਛਾਂ ਦਾਨ ਕੀਤੀਆਂ, ਪੱਗ ਠੀਕ ਕੀਤੀ, ਜਕਾਰਾ ਲਾਇਆ। ਕਹਿੰਦਾ ਬੋਲੋ ਸੋਹਣੇ, ਕਹਿ ਕੇ ਨਾਲ ਦਾ ਬੰਦਾ ਚੱਕ ਕੇ ਵਿੱਚ ਮਾਰੇ। ਕਹਿੰਦਾ ਲੈ ਚੱਲੋ, ਇਹ ਪੰਜਾਬੀ ਬੰਦੇ ਆ, ਤਾਲੀਆਂ ਨੂੰ ਜ਼ੋਰ ਵੀ ਆਪਾਂ ਘੁਮਾਉਣ ਸੋਹਣਾ ਵੀ ਹੈ। ਹੁਣ ਮੈਂ ਤੁਹਾਡੇ ਸਾਹਮਣੇ ਜਿੱਥੇ ਤੁਹਾਡੀ ਨਿਗਾਹ ਹੈ, ਜਿਹਨਾਂ ਦਾ ਤੁਸੀਂ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ, ਜਿਹਨਾਂ ਨੂੰ ਦੇਖਣ ਲਈ ਸੁਣ ਲਈ ਆਪਣਾ ਕੀਮਤੀ ਟਾਈਮ ਛੱਡ ਕੇ ਕਾਫੀ ਦੂਰੋਂ ਦੂਰੋਂ ਆਏ ਹੋ, ਮੈਂ ਤੁਹਾਡਾ ਕਾਫੀ ਮਸ਼ਹੂਰ ਹੈ ਤੇ ਕਾਫੀ ਜਗ੍ਹਾ ਦੇ ਵਿੱਚ, ਥੋੜੀ ਜਿਹੀ ਜਗ੍ਹਾ ਦੇ ਵਿੱਚ ਤੁਸੀਂ ਆਰਾਮ ਨਾਲ ਬੈਠੇ ਹੋ, ਪ੍ਰੋਗਰਾਮ ਸੁਣਦੇ ਹੋ। ਸੋ ਮੈਂ ਜ਼ੋਰ ਲਾਇਆ ਦੋਸਤੋ, ਪਰ ਪਿਆਰੇ ਬਜ਼ੁਰਗੋ, ਨੌਜਵਾਨ ਦੋਸਤੋ, ਭੂਖ ਨਿਕਲ ਜੇ ਤੇਰੀ ਭਾਜੀ, ਛੋਟੇ ਔਰ ਵੱਡੇ ਵੀਰੋ, ਭੈਣੋ ਤੇ ਭਰਾਵੋ, ਤੁਹਾਡੇ ਨਗਰ ਦੇ ਵਿੱਚ ਇਸ ਜਗ੍ਹਾ ਤੇ ਮੈਨੂੰ ਇਸ ਪਿੰਡ 'ਚ ਦੂਜੀ ਵਾਰੀ ਆਉਣ ਦਾ ਮੌਕਾ ਮਿਲਿਆ। ਅੱਜ ਕਾਕੇ ਦੀ ਛੱਡੀ ਤੇ ਤੁਹਾਡੇ ਸਿਵਾ ਜਹਾਜ ਹੋਇਆ, ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਸੀ। ਬਾਈ ਜੀ ਰਛਪਾਲ ਸਿੰਘ ਹੋਰੀ, ਉਹਦੇ ਬਾਪੂ ਜੀ ਸਰਦਾਰ ਮਹਿੰਦਰ ਸਿੰਘ ਜੀ ਕਨੇਡਾ ਵਾਲੇ, ਇਹਨਾਂ ਦੇ ਸੱਦ ਕੇ ਤੁਹਾਡੀ ਸੇਵਾ ਹਾਜ਼ਰ ਹੋਏ। ਇੱਕ ਬੇਨਤੀ ਹੈ ਵੀਰੇ, ਇਹ ਜਗ੍ਹਾ ਬੜੀ ਬੇਢਬੀ ਜਿਹੀ ਹੈ। ਜਿਹੜੇ ਦੋਸਤ ਦਰਵਾਜ਼ੇ 'ਚ ਨੇ, ਉਹਨਾਂ ਅੱਗੇ ਬੇਨਤੀ ਹੈ ਵੀਰੇ, ਇਧਰਲੀ ਸਾਈਡ ਨੂੰ ਆ ਜਾਓ ਥੋੜੇ ਜਿਹੇ ਬੰਦੇ, ਇੱਧਰ ਜਗ੍ਹਾ ਹੈਗੀ ਹੈ, ਥੋੜੇ ਥੋੜੇ ਨਿਕਲ ਆਓ। ਪਹਿਲਾਂ ਤਾਂ ਤੂੰ ਜੋ ਗਾਉਂਦਾ ਸੀ, ਗਾਉਂਦਾ ਸੀ ਵੀ ਤੇਰੀ ਮਾਂ ਦੀ ਤਲਾਸ਼ੀ ਲੈਣੀ, ਲੁੱਟ ਲਈ, ਪੱਟ ਲਈ, ਕੱਢਤੀ, ਮਾਰਤੀ, ਐਂ ਹੋ ਗਿਆ, ਫਲਾਣਾ ਹੋ ਗਿਆ, ਧਮਕਾਣਾ ਹੋ ਗਿਆ, ਬਈ ਜਿਹੜਾ ਹਾਰ ਕਰਤੂਤ ਕਰੀਏ ਚੰਗੀ ਚੰਗੀ ਹੈ। ਤਾਂ ਵੀਰੇ ਉਦੋਂ ਬਾਅਦ ਬਾਬਾ ਜੀ ਦੀ ਕਿਰਪਾ ਹੋ ਗਈ, ਫਿਰ ਮੈਂ ਗੀਤ ਗਾਇਆ ਨਾਮ ਜਪ ਲੈ, ਨਾਮ ਜਪ ਲੈ ਤੋਂ ਬਾਅਦ ਪਿੱਛੇ ਜਿਹਾ ਮੇਰਾ ਨਵਾਂ ਗੀਤ ਆਇਆ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ। ਦੋ ਗੀਤ ਹੁਣ ਆਪਣੇ ਆ ਰਹੇ ਨੇ ਚੋਰੀ ਫੁਲਕੇ ਵਾਲੇ, ਜਿਵੇਂ ਇੱਕ ਬੁੱਢੀ ਘੋੜੀ ਲਾਲ ਲਗਾਮਾ, ਇਹ ਵੈਸੇ ਤੁਸੀਂ ਆਮ ਸੁਣਦੇ ਹੋ, ਡੁਪਲੀਕੇਟ ਜਿਹੜੇ ਕੈਸਟਾਂ ਲੋਕ ਸਟੇਜਾਂ ਤੋਂ ਕਰ ਲੈਂਦੇ ਆ, ਕਈ ਮੇਰੇ ਵਿਚਾਰੀ ਰਿਕਾਰਡ ਦਾ ਆਉਣ ਵਾਲਾ ਆਜੂਗਾ ਮੇਰੇ ਖਿਆਲ ਥੋੜੇ ਦਿਨਾਂ 'ਚ। ਇੱਕ ਗੀਤ ਇਹ ਹੈ ਬੁੱਢੀ ਘੋੜੀ ਲਾਲ ਲਗਾਮਾ, ਦੂਜਾ ਗੀਤ ਹੈ ਵਧਾਈਆਂ ਜੇਠਾ ਤੈਨੂੰ ਵੇ ਤਾਂ ਮਸਾ ਡੂਮੜਾ ਚੂਇਆ, ਤੇ ਉਹ ਨਵਾਂ ਗੀਤ ਵੀਰੇ ਉਹਦੇ ਵਿੱਚੋਂ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਕਰੂੰਗਾ। ਇੱਕ ਗੀਤ ਬਾਬਾ ਜੀ ਦਾ ਪਰਿਵਾਰ ਮੈਂ ਗੱਲ ਕੀ ਕਰਦੀ ਹਾਂ, ਪਤਾ ਲੱਗ ਜੇ ਕਿਤੇ ਖੜਾ ਕਰਦਾ, ਬੜੀ ਤਾੜੀ ਮਾਰਦਾ, ਮਿਹਰਬਾਨੀ ਹੋਈ, ਸ਼ੁਕਰੀਆ। ਪੱਕੀ ਕਰੀ ਹੱਥ ਲੱਗਦੀ ਪੱਤੀ ਵੀ ਗੱਡਾ ਹੀ ਵੱਧ ਕੇ ਲਾਇਆ, ਮੁੜਦੀ ਮੁੜਨੀ ਵੀ ਇਹਦਾ ਨਹੀਂ ਕਿਸੇ ਕੋ ਡਰਦੀ ਹਾਂ।
ਕੱਚੀ ਸਰਕਾਰ ਤਾਂ ਮੈਂ ਤੀਰ ਕੱਚੀ ਸਰਕਾਰ ਤਾਂ ਮੈਂ ਨਹੀਂ ਕਿਸੇ ਤੋਂ ਹਾਰ ਤਾਂ ਉਹ ਮੈਨੂੰ ਸਤਿਗੁਰ ਜਦੋਂ ਜੀ ਆਉਂਦੇ ਨੇ ਮੈਂ ਚੁਣ ਚੁਣ ਬੈਰੀ ਮਾਰ ਤਾਂ ਮੈਂ ਤੀਰ ਕੱਚੀ ਸਰਕਾਰ ਤਾਂ ਮੈਂ ਤੀਰ ਸੱਚੀ
Oh!
ਰਾਜ ਜੁੜੇ ਦਾ ਪਤਨਾ ਤੇ ਰੁੜ ਕੇ ਜੇੜੇ ਨੀ ਪਿੱਛੇ ਉਹ ਪਿਆਰ ਮੁੜੇ ਦਾ ਉਹ ਪਤਨਾ ਤੇ ਰੁੜ ਕੇ ਬੇੜੇ ਨੀ ਪਿੱਛੇ ਉਹ ਯਾਰ ਮੁੜੇ ਦਾ ਰੱਬ ਸਾਡੀ ਸੁਣ ਜੇ ਲਵੇ ਸੋਣੀਏ ਪਤਨਾ ਤੇ ਕੂਕ ਪਵੇ ਸੋਣੀਏ ਪਤਨਾ ਤੇ ਕੂਕ ਪਵੇ ਕਰ ਲੱਗ ਲੱਗ ਰੋਣਾ
ਤੈ ਖਾਨਦਾਨ ਦੀ ਇੱਜ਼ਤ ਮਿੱਟੀ ਪਾ ਦਿੱਤੀ ਫਿੱਟਦਾ ਤੇ ਮਗੌੜਿਆ ਕੀ ਕਰ ਤੂੰ ਸਖਰਾਲ ਸੀ ਸਭੇ ਹਾਸਾ ਕਹਿੰਦੇ ਹਥਿਆਰ ਖਜਾ ਪਰ ਦੇਖ ਬੇੜਾ ਆਏ ਨਾ ਹਿੰਗ ਪਰ
ਅਮਲੀ ਸਿੰਘ ਡੰਗਦਾ ਭੁੱਖਾ ਰਾਤੀ
ਛੇ ਮੋਟੇ ਦੀ
ਆ ਕਰੇ ਮੁੰਡਾ ਲੱਭੇ ਬਾਪੀ ਨੂੰ ਕੱਟ ਲੈ ਬੁੱਲ ਬਣਾ ਕੇ ਰੋੜਾ ਕਰਕੇ ਦਿੰਦੇ ਮੇਰਾ ਮੁੰਡਾ
ਲੱਭੇ ਮਾਸੀ ਨੂੰ, ਉਹ ਮੁੰਡਾ ਲੱਭੇ ਮਾਸੀ ਨੂੰ, ਕੱਟ ਦੇ ਘੁੱਟ ਬਣਾ ਕੇ ਨਹੀਂ ਗੱਲ ਰੱਖਦਾ ਸਾੜੀਏ ਕਿਤੇ ਕਿ ਲਾਸ ਵਿੱਚ ਪਈ।
ਪੌੜਾ ਨੂੰ ਵੀ ਮਿਲ ਗਿਆ ਪੌੜਾ ਨੂੰ ਪੌੜਾ ਨੂੰ ਜਿਦਾ ਗਿਲਾਸ ਮਿਲ ਗਿਆ ਪੌੜਾ ਨੂੰ ਪੜਾ ਚਿੱਤ ਕਰੇ ਮਿੱਠੇ ਮਿੱਠੇ ਚੌੜਾ ਨੂੰ ਉਹ ਪੜਾ ਚਿੱਤ ਕਰੇ ਮਿੱਠੇ ਮਿੱਠੇ ਚੌੜਾ ਨੂੰ ਤੇਰੇ ਦਰ ਤੇ ਬਣਾਉਂਦਾ ਮੁੰਡਾ ਬੱਕਰੇ ਨੇ ਤੇਰੇ ਦਰ ਤੇ
ਸਾਨੂੰ ਕੁੜਾ ਮਿਲ ਗਿਆ ਬੱਲੇ ਬੱਲੇ ਬਹੁਤ ਚੈਨ ਡਰਾਈਵਰ ਵਾਲਾ ਕੀ ਜ਼ੋਰ ਗਰੀਬਾਂ ਦਾ ਅੱਛਾ ਉਹ ਤੁਹਾਡਾ ਮਿਹਰਬਾਨੀ ਜੀ ਬਾਈ ਜੀ ਤੁਸੀਂ ਕੱਲ੍ਹ ਨੂੰ ਲੰਘੇ ਜਾਂਦੇ ਬਹਿ ਜਾਂਦੇ ਹੈ ਐਵੇਂ ਗੋਡੇ ਜਾਵੇ ਬੰਦੇ ਪੜੀ ਭੁੱਪ ਨਿਕਲ ਗਈ ਮੇਰੀ
ਨਾ ਹੋਵੇ ਰੋਂਦੀ ਚੱਲ ਨਾ ਹੋਵੇ ਰਿੱਤ ਭਰ ਭਰ ਆਉਂਦਾ ਨੀ ਹੱਥ ਰੋਂਦੀ ਚੱਲ ਨਾ ਹੋਵੇ ਹਾਏ ਰੋਂਦੀ ਚੱਲ ਨਾ ਹੋਵੇ ਉਹ ਚੱਲ ਸਭ ਰਿਸ ਬੁਰੀ ਨੀ ਕਿਉਂ ਸੁੱਖੀ ਸਾਂਦੀ ਰੋਵੇ ਹਾਏ ਸੁੱਖੀ ਸਾਂਦੀ ਰੋਵੇ ਆ ਜਾ ਲੱਗ ਜਾ ਸੀਨੇ ਨੀ ਹੈ ਤੂੰ ਆਵੇਂ ਯਾਦ ਬਥੇਰੀ ਜਦੋਂ ਪਹਿਲੀ ਲਾਮ ਪੜੀ ਸਰਪੰਚ ਸਾਹਿਬ ਤੇ ਬਾਈ ਮੱਖਣ ਸਿੰਘ ਹੋਰੀ ਮਾਰ ਕਰਦੇ ਨੇ ਬਾਈ ਰਾਣਾ ਜੀ ਕੈਲਗਰੀ ਵਾਲੇ ਵੀਰ ਮੇਰੇ ਮਾਰ ਕਰਦੇ ਨੇ ਮੈਂ ਉੱਥੇ ਗਿਆ ਸੀ ਕੈਲਗਰੀ ਮੈਂ ਬਹੁਤ ਧੰਨਵਾਦੀ ਹਾਂ ਅਮਰੀਕਾ ਦੇ ਵਿੱਚ ਮਿਹਰਬਾਨੀ ਸ਼ੁਕਰੀਆ ਚੰਦਰੇ ਚੱਕ ਦਾ ਬੂਟਾ ਆਪੇ ਚਮਕੀਲਾ ਨੀ ਬਾਊ ਦਾ ਤੇਰੇ ਤੇ ਫੇਰੀ ਪਹਿਲੀ ਲਾਮ ਪੜੀ ਕਰੇ ਖੜ ਗਿਆ ਬਾਹੋਂ ਫੜ ਕੇ
ਪੈਗੀ ਦੁਸ਼ਮਣੀ ਤੇਰੇ ਨਾਲ ਪੈਗੀ ਯਾਰੀ, ਤੇਰੇ ਭਾਈਆਂ ਨਾਲ ਪੈਗੀ ਦੁਸ਼ਮਣੀ ਤੇਰੇ ਨਾਲ ਪੈਗੀ ਯਾਰੀ, ਪੰਜ ਭਾਈ ਇੱਕ ਬਾਪੂ ਤੇਰਾ, ਪੰਜ ਭਾਈ ਇੱਕ ਬਾਪੂ ਤੇਰਾ, ਰਿਸ਼ਤੇਦਾਰੀ ਭਾਰੀ ਨੀ ਜਿੱਤ ਤੋਂ ਨਹੀਂ ਨਿਭਦੀ, ਹੁਣ ਛੱਡਦੇ ਵੈਰ ਨੇ, ਛੱਡਦੇ ਵੈਰ ਨੇ ਯਾਰੀ, ਜਿੱਤ ਤੋਂ ਨਹੀਂ ਨਿਭਦੀ, ਛੱਡਦੇ ਵੈਰ ਨੇ ਯਾਰੀ। ਹਾਏ ਹਾਏ ਹਾਏ
ਸੋਨਾ ਜੀ ਕੇ ਰੂਪ ਹਟਾ ਦੇ ਉਹ ਤੇ ਸਰਪਣ
ਤਾਇਆ ਦੇ ਜੀ ਤੂੰ ਬੋਲਦਾ ਹੈ ਤੇਰੇ ਕਰਕੇ ਤੇਰੇ ਆ ਕੇ ਤਾਇਆ ਦੇ
ਸਾਈਆ ਦੇ ਹੀ ਤੂੰ ਬੋਲਾ ਹੀ ਤੇਰੇ ਚੜ ਗਈ ਕਰਾ ਦੇ ਹੋ ਜਾਂਦੀ ਤਾਂ ਤਨ ਵੇ ਜੀ ਜਲਕ
ਠੀਕ ਨਾ ਪਾਉਂਦੀ ਚੀਟੇ ਪੇਲੇ ਤਾਣਾ ਤਣਦੀ ਇਹ ਤਾਰਾ ਠੀਕ ਨਾ ਪਾਉਂਦੀ ਸਾਰਾ ਪਿੰਡ ਤੈਨੂੰ ਸਿੱਚਰਾ ਕਰਦਾ ਲੰਬੂਏ ਚਲਾਉਂਦੀ ਨੀ ਉਹ ਚੱਕ ਭੁੱਤਰੀਏ ਡਾਰਕਾ ਮਾਦੀ ਆਉਂਦੀ ਨੀ ਉਹ ਚੱਕ ਭੁੱਤਰੀਏ ਡਾਰਕਾ ਮਾਦੀ ਆਉਂਦੀ ਨੀ ਉਹ ਚੱਕ ਭੁੱਤਰੀਏ ਮੇਰੇ ਦੋਸਤ ਭਾਈ ਜੋਹਰੀ ਨਿੱਕਾ ਹਰਜੀਤ ਭਾਣਜਾ ਵੀਰ ਹੋਣਾ ਦਾ ਤੇ ਮੈਂ ਬਹੁਤ ਦਰਵਾਜ਼ੇ ਨਿੱਕੇ ਦਾ ਮੇਰਾ ਵੀ ਭਾਣਜਾ ਵੀਰ ਚਾਹੁੰਦਾ ਬਸਦਾ ਰਹੇ ਮਿਹਰਬਾਨੀ ਸ਼ੁਕਰੀਆ ਤੈਨੂੰ ਉਹ ਤੁਹਾਡੇ ਪੂਰੇ ਭੰਨੋ
ਮੇਰੀ ਗੱਲ ਸੁਣ, ਕਹਿੰਦੇ ਆਪਣਾ ਨੌ ਦੱਸ, ਇਹਨੂੰ ਕਾਕਾ ਕਿਉਂ ਉਂਗਲੀ ਜੀ ਲਾਈ ਜਾਂਦੇ, ਇਹਨੂੰ ਵਧਾ ਉੱਥੇ ਹੀ ਰੱਖ।
ਉਹ ਕਹਿੰਦਾ ਭਾਈ ਨੌ ਦੱਸ। ਮੈਂ ਕਿਹਾ ਜੀ ਮੇਰੇ ਨੌ ਤੋਂ ਕੀ ਲੈਣਾ, ਮੇਰਾ ਨੌ ਤੁਸੀਂ ਸਮਝ ਲਓ ਟਰੱਕ ਪੁਰਾ। ਉਹ ਕਹਿੰਦੇ ਸਾਰਿਆ ਟਰੱਕ ਪੁਰਾ ਕਿਵੇਂ ਹੋਇਆ? ਮੈਂ ਕਿਹਾ ਜੀ ਗੱਲ ਆਇਆ ਜੀ, ਸਿੱਧੀ ਜੀ ਗੱਲ ਹੈ, ਮੇਰੀ ਮਾਂ ਕਿਤੇ ਜਗਾਵਾ ਤੋਂ ਰਾਜਪੁਰੇ ਨੀ ਜਾ ਰਹੀ ਸੀ, ਉਹ ਟਰੱਕ ਚ ਬੈਠੀ ਸੀ, ਮੈਂ ਕਿਤੇ ਜੰਮਣ ਵਾਲਾ ਸੀ, ਟਰੱਕ ਕਿਤੇ ਜ਼ਿਆਦਾ ਹਿੱਲ ਪਿਆ ਜੀ, ਮੈਂ ਵਿੱਚ ਹੀ ਜੰਮ ਪਿਆ ਜੀ। ਆਲੇ ਦੁਆਲੇ ਕੋਈ ਪੈਸਾ ਦੱਸਿਆ ਜੀ ਮੈਨੂੰ ਟਰੱਕ ਪੁਰਾ ਕਹਿਣ ਲੱਗੇ ਜੀ। ਉਹ ਮੈਨੂੰ ਕਹਿੰਦੇ ਚੱਲ ਠੀਕ ਹੈ, ਆਪਣੇ ਪਿਓ ਦਾ ਨਾਮ ਲਿਖਾ। ਮੈਂ ਕਿਹਾ ਜੀ ਪਿਓ ਦਾ ਨਾਮ ਮੈਨੂੰ ਸੰਗ ਲੱਗਦੀ ਹੈ ਜੀ। ਮੈਂ ਕਿਹਾ ਜੀ ਚੱਲ ਠੀਕ ਆ, ਆਖਿਰ ਮੇਰਾ ਪਿਓ ਹੈ, ਮੈਂ ਨਾਂ ਲਊਂਗਾ ਜੀ, ਮੈਂ ਹਟ ਨੀ ਸਕਦਾ। ਲਓ ਜੀ, ਮੈਂ ਕਿਹਾ ਜੀ ਮੇਰੇ ਪਿਓ ਦਾ ਨਾਮ ਚਮਨ ਲਾਲ ਘਰਧਾਰੀ ਲਾਲ ਹੈ। ਉਹ ਕਹਿੰਦੇ ਸਾਰਿਆ ਚਮਨ ਲਾਲ ਤਾਂ ਅਸੀਂ ਦੇਖਿਆ, ਸਾਡਾ ਗਵਾਂਢੀ ਹੈ, ਇਹ ਘਰਧਾਰੀ ਲਾਲ ਕਿਵੇਂ ਹੋਇਆ? ਮੈਂ ਕਿਹਾ ਜੀ ਗੱਲ ਆਇਆ ਜੀ, ਮੈਂ ਤੁਹਾਨੂੰ ਦੱਸ ਦਿੰਦਾ ਭਰਾਓ, ਜਿਹੜਾ ਚਮਨ ਲਾਲ ਸੀ ਉਹਦੇ ਨਾਲ ਤਾਂ ਮੇਰੀ ਮਾਂ ਵਿਆਹੀ ਹੋਈ ਸੀ, ਜਿਹੜਾ ਘਰਧਾਰੀ ਲਾਲ ਸੀ ਉਹਦੇ ਨਾਲ ਫਸਦੀ ਹੋਈ ਸੀ, ਇਸ ਕਰਕੇ ਮੈਂ ਦੋਨਾਂ ਦਾ ਨਾਮ ਲੈ ਦਿੰਦਾ। ਇਹ ਸਾਰੇ ਸਾਨੂੰ ਨਾਮ ਸੁਣ ਕੇ ਗੱਲ ਬਣੀ ਰਹੇ। ਹਾਂਜੀ ਇਹ ਗੱਲ ਹੈ ਜੀ, ਨਾ ਤਾਰੀ ਉਹ ਕੰਜਿਆ ਜਿਹਾ ਕਰਦਾ ਕੀ ਹੈ। ਇਹ ਸੀ ਫੇਰ ਮਿੱਤਲ ਦੇ ਹਲਕੀ ਫੁਲਕੀ ਝਲਕੇ। ਹੁਣ ਇੱਕ ਹੋਰ ਫਰਮਾਇਸ਼ ਆਈ ਹੈ, ਆਵਾਜ਼ ਵਧਾਈ ਮਾੜੀ ਜੀ ਉੱਥੇ ਰੱਖੀ। ਫੇਰ ਮਿੱਤਲ ਨੂੰ ਰੋਲ ਮਿਲ ਗਿਆ ਇੱਕ ਫਿਲਮ ਚ, ਸ਼ੋਲੇ ਫਿਲਮ ਚ। ਹੁਣ ਉਹ ਕਹਿੰਦੇ ਵੀ ਗੱਬਰ ਸਿੰਘ ਬਣ, ਅਮਜਦ ਖਾਨ ਦਾ ਰੋਲ ਕਰ। ਅਮਜਦ ਖਾਨ ਪਹਿਲਾਂ ਬੋਲਦਾ ਪਹਾੜੀਆਂ ਚ, ਇਹੀ ਰੋਲ ਫਿਰ ਓਮ ਪ੍ਰਕਾਸ਼ ਨੂੰ ਮਿਲਦਾ। ਭਾਈ ਤੁਹਾਨੂੰ ਕਿਹਾ ਕਿਹਾ ਹੈ? ਮੈਂ ਲਾਲਾ ਜੀ ਮੈਨੇ ਆਪਕਾ ਨਮਕ ਖਾਇਆ। ਚਲੋ ਭਗਵੰਤ ਜੀ ਜੇ ਕਹਿੰਦਾ ਮੈਨੇ ਆਪਕਾ ਨਮਕ ਖਾਇਆ, ਇਸ ਕੋ ਬੋਲਦੇ ਬਜਾਰ ਸੇ ਜਾ ਕੇ ਗੁੜ ਖਾ ਲੇ। ਹੁਣ ਆ ਗਿਆ ਤੁਹਾਡਾ ਉਹੀ ਹਰਮਨ ਪਿਆਰਾ ਫੇਰ ਮਿੱਤਰ। ਹੁਣ ਉਹਨੂੰ ਕਹਿੰਦੇ ਵੀ ਇਹ ਰੋਲ ਕਰ, ਉਹ ਕਹਿੰਦਾ ਵੀ ਮੈਂ ਪਹਿਲਾਂ ਸ਼ਰਾਬ ਪੀਊਂਗਾ ਫੇਰ ਰੋਲ ਕਰੋ। ਹੁਣ ਉਹਦੀ ਜਿਹੜੀ ਪੈਂਟ ਹੁੰਦੀ ਆ ਧੀਵਾਂ ਦੀ ਹੁੰਦੀ ਹੈ, ਮਤਲਬ ਗੋਡਿਆਂ ਤੋਂ ਥੱਲੇ ਤੱਕ, ਉਹ ਬਿੰਗ ਤੜਿੰਗੀ ਜੀ ਨੀਕਰ ਜਿਹੜੀ ਪਾਈ ਫਿਰ ਦੰਦ। ਹੁਣ ਕਾਲੀਏ ਹੁਣੇ ਖੜੇ ਨੇ, ਸ਼ਰਾਬ ਪੀ ਕੇ ਆਉਂਦਾ ਬੜਾ ਰੱਜਿਆ, ਉਹ ਕਹਿੰਦਾ ਉਹ ਮੇਰੀ ਗੱਲ ਸੁਣ ਲਓ, ਪਹਿਲਾਂ ਸੜਿਓ ਮੈਨੂੰ ਦੱਸੋ ਕਿੰਨੇ ਆਦਮੀ ਸੀ, ਆਇਨ ਹੋ ਜਾਓ ਸੜਿਓ, ਡਿੰਗ ਬਡਿੰਗ ਹੋਏ ਖੜਿਓ, ਕਰ ਜਾ ਗੋਲੀਆਂ ਛੇ ਹੈ, ਬੰਦੇ ਤਿੰਨ ਹੈ, ਤਿੰਨ ਗੋਲੀਆਂ ਪਹਿਲੇ ਕੱਢ ਦਿੰਦੇ, ਦੇਖਦੇ ਜਿਹਦੇ ਲਾਗੀ ਲਾਗੀ ਬੱਜ ਗਈ ਬੱਜ ਗਈ। ਸੜਿਆ ਕੀਤੀ ਜੀ ਸਿੱਧੀ ਗੱਲ ਆ ਮਾੜੀ ਜੀ, ਕਰ ਜਾ ਉਹ ਬੱਜ ਗਿਆ ਸਾਰਾ, ਇਹਨੂੰ ਸਿੱਟੋ ਤੂੜੀ ਵਾਲੇ ਕਮਰੇ, ਜਿਹੜਾ ਬੱਜ ਗਿਆ ਹੁਣ ਤੈਨੂੰ ਦੇਖਦਾ ਟੋਪੇ ਦੇ ਗਵਾ ਡੱਡੂ, ਖੜ ਜਾ ਜੀ ਲਾਗੀ ਖੜੀ ਕਰ ਜਾ। ਇਹ ਵੀ ਬੱਜ ਗਿਆ ਯਾਰ, ਗੋਲੀ ਸੜੀ ਪਤਾ ਨੀ ਕਿੱਥੇ ਹੈ, ਨਾ ਲੱਗਦੀ ਆ ਨਾ ਵਾਸਤਾ ਨਾ। ਹੁਣ ਕਾਲੇ ਇੱਡੇ ਤਾਂ ਗੋਦਾ ਸੜਿਆ ਭਈਆ ਨੂੰ ਕੁਝ ਪਕਾਇਆ ਹੈ, ਹੁਣ ਤੇਰਾ ਕੀ ਬਣੂ? ਸਰਦਾਰ ਕਹਿੰਦਾ ਮੈਨੇ ਆਪਣਾ ਨਮਕ ਖਾਇਆ। ਉਹ ਸਾਰਿਆ ਨਮਕ ਖਾਧਾ, ਬਾਕੀਆਂ ਨੇ ਮਿਰਚਾਂ ਖਾਧੀਆਂ। ਹੁਣ ਮੈਂ ਚੱਲਦਾ ਲੈਣਾ ਜਾ ਕੇ ਬਸੰਤ ਦੀ ਖਬਰ, ਪਤਾ ਨੀ ਕਿੱਥੇ ਬਰਸੀ ਧੱਕੇ ਖਾਧੀ ਆਏ ਹੋਏ ਹੈ। ਇਕਦਮ ਮੈਂ ਚੱਲਦਾ ਜੀ, ਮੈਂ ਚੱਲਦਾ, ਤਾਰੀਆਂ ਲਾਓ ਕਰਦੇ ਕੀ ਹੋਈ ਯਾਰ। ਮੈਂ ਜਿਵੇਂ ਪਹਿਲਾਂ ਕਿਹਾ ਸੀ, ਬਹੁਤ ਅੱਛੇ ਕਲਾਕਾਰ ਜਿਹਨਾਂ ਦਾ ਬਹੁਤ ਨਾਂ ਰਿਕਾਰਡ ਦੇ ਵਿੱਚ ਹੋਇਆ ਸੀ, ਚਤਰਾ ਜੌੜੇ ਮੋੜ ਵਾਲਾ, ਹਰਜੀਤ ਗਿੱਲ, ਬਹੁਤ ਅੱਛੀ ਆਵਾਜ਼ ਹੈ, ਇੱਕ ਕੈਸਟ ਵੀ ਹੈ ਜੀ ਇਹਨਾਂ ਦੀ, ਕੁੜੀਓ ਮੈਂ ਸ਼ਰਾਬਣ ਹੋਈ। ਕੁੜੀਓ ਕਿੱਦਾਂ ਇੱਦਾਂ ਹੀ ਹੈ, ਉਹ ਗੀਤ ਸੀ, ਤੇ ਆਪਣੀ ਮਰਜ਼ੀ ਦਾ ਇੱਕ ਗੀਤ ਸੁਣਾ ਰਹੇ ਨੇ ਹਰਜੀਤ ਗਿੱਲ। ਆ ਜਾ ਵੇ ਆ ਪਾਇਆ ਹੈ ਉੱਚ ਪਹਾੜ ਕੇ ਨੀਚੇ, ਆ ਜਾ ਆ ਜਾ। ਦੋਸਤੋ ਹੁਕਮ ਹੋਇਆ ਪੰਜਾਬ ਦੀ ਸੇਵਾ ਚ ਕਾਲਕਾ ਦਾ ਗੀਤ ਪੇਸ਼ ਕਰਾਂ। ਜਿਵੇਂ ਮੇਰਾ ਲਿਖਿਆ ਤੁਸੀਂ ਗੀਤ ਅਕਸਰ ਆਰਟਿਸਟਾਂ ਕੋਲੋਂ ਸੁਣਦੇ ਹੋ, ਮੇਰੇ ਲੱਗਦੇ ਖੁੱਲ ਗਿਆ ਬਾਲ ਭਾਬੀ ਮੇਰੀ ਗੁੱਤ ਕਰਦੇ। ਇੱਕ ਮੈਂ ਨਵਾਂ ਗੀਤ ਲਿਖਿਆ ਜਿਹੜਾ ਭਾਈ ਚਮਕੀਲਾ ਜੀ ਦੀ ਆਵਾਜ਼ ਇਸ ਹਫ਼ਤੇ ਰਿਕਾਰਡ ਆ ਰਿਹਾ, ਬੁੱਢੀ ਕੁੜੀ ਨਾਲ ਲਗਾਵਾਂ, ਉਹਦੇ ਵਿੱਚ ਇਹ ਗੀਤ ਆ ਰਿਹਾ, ਇਹਨਾਂ ਦੀ ਆਵਾਜ਼ ਲਿਖਿਆ ਮੇਰਾ ਮਾੜੀ ਬਾਜੇ ਦੀ ਆਵਾਜ਼ ਨੂੰ ਥੋੜ੍ਹਾ ਘੁੱਟ।
ਕਰਾਉਣ ਦਾ ਕਈ ਲਗਾਲ ਕੱਢ ਹੁੰਦੇ ਆ, ਕਈ ਕਹਿੰਦੇ ਮਤਲਬ ਐਕਸੀਡੈਂਟ ਹੋ ਜਾਵੇ ਜਾਂ ਤੈਨੂੰ ਇਹ ਹੋ ਜਾਣਾ ਜਾਂ ਮੈਂ ਤੈਨੂੰ ਗੋਲੀ ਮਾਰ ਕੇ ਗੱਲ ਖਤ ਹੈ, ਇਹ ਮਸਲਾ ਮੇਰਾ ਅੱਡ ਹੈ। ਉਹ ਪਾਵਾਂ ਗੋਰੀਆਂ ਗੋਰੀਆਂ ਪਾਵਾਂ ਗੋਰੀਆਂ ਗਲੇ ਵਿੱਚ ਆਉਂਦੀ ਸਾਂ
ਬਾਈ ਜੀ। ਲਿਖਣ ਵਾਲੇ ਨੇ ਲਿਖੇ ਆ ਇਹ, ਉਹਨੂੰ ਪੁੱਛੇ ਵੀ ਸਬਜ਼ੀ ਕਿਹੜੀ ਹੁੰਦੀ ਸੀ ਨਾਲ ਬੁਰਕੀ ਦੇ। ਮੈਂ ਬਹੁਤ ਸਰਬੰਦੀਆਂ ਦੋਸਤਾਂ ਰੱਖਿਆ, ਮੈਂ ਸਿਰਫ ਇਹੀ ਦੱਸਿਆ ਵੀ ਟਾਈਮ ਸਾਡਾ ਜਿਹੜਾ ਐਗਰੀਮੈਂਟ ਹੁੰਦਾ ਉਹ ਖਤਮ ਹੈ, ਹੁਣ ਘਰ ਵਾਲੇ ਦਾ ਟਾਈਮ ਖਤਮ ਹੋ ਗਿਆ, ਜਿਹੜੇ ਬਾਹਰੋਂ ਆਏ ਆ ਦੋਸਤ ਉਹਨਾਂ ਦਾ ਟਾਈਮ ਸ਼ੁਰੂ ਹੋ ਗਿਆ। ਤੁਹਾਡੀ ਕਰਕੇ ਆਪਾਂ ਗਾਉਣਾ ਵੀਰੇ, ਜੇ ਤਾਂ ਬੈਠ ਲੂੰਗੇ ਦੇਖ ਕੇ ਫਿਰ ਤਾਂ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ, ਜੇ ਤੁਸੀਂ ਹਿੱਲ ਜੁੱਲ ਕੀਤੀ ਫਿਰ ਉਹੀ ਗੱਲ ਹੋ ਜਾਣੀ ਵੀ ਜਿਹੋ ਜਿਹੀ ਨੱਦੋ ਬਾਹਵ ਨੀ ਹੋ ਜਾ ਕੁੱਦੂ ਜੇਠ, ਆਪਾਂ ਵੀ ਚੱਕਣਾ ਚਾਦਰਾ ਗੱਡੀ 'ਚ ਬਹਿ ਜਾਣਾ। ਮੈਂ ਕਹਿੰਦਾ ਬਾਬਾ ਵੀਰੇ ਤਾੜੀ ਮਾਰ ਦਾ ਥੋੜਾ ਜਿਹਾ ਟਾਈਮ ਕਰਨਾ ਜਿਹੜਾ ਵੀ ਆ, ਮਿਹਰਬਾਨੀ। ਮੈਂ ਪਹਿਲਾਂ ਵਾਅਦਾ ਕਰਿਆ ਸੀ ਆਪਣੇ ਦੋਸਤਾਂ ਨਾਲ ਵੀ ਮੈਂ ਨਵਾਂ ਦੁਕਾਣਾ ਵਧਾਈਆਂ ਜੇ ਖਤੇ ਨੂੰ ਅਜੇ ਰਹਿੰਦਾ, ਉਹਦੇ 6-7 ਗੀਤ ਬਾਕੀ ਰਹਿੰਦੇ। ਤੇ ਇੱਕ ਮੈਨੂੰ ਪਰਮੇਸ਼ਰ ਸੀਗੇ ਸਾਡੇ ਬਾਈ ਜੀ ਸਾਹਮਣੇ ਬੈਠੇ ਆ ਵੀ ਮਿਰਚਾ ਸਾਹਿਬਾ ਜਾਂ ਕੋਈ ਹੋਰ ਆਈਟਮ ਗਾਵਾਂ, ਇਸ ਢੰਗ ਦੀ ਐਟਮਾਂ ਵੀਰੇ ਮੈਂ ਉਹ ਗਾਣ ਲੱਗਿਆ ਜਿਹਨਾਂ ਦਾ ਇੱਕ ਇੱਕ ਬੋਲ ਮੇਰੇ ਬਜ਼ੁਰਗਾਂ ਦੇ ਦੋਸਤਾਂ ਮਿੱਤਰਾਂ ਦੇ ਭੈਣਾਂ ਭਰਾਵਾਂ ਦੇ ਯਾਨੀ ਸਾਰਿਆਂ ਦੇ ਸੁਣਨ ਵਾਲਾ ਬਹੁਤ ਵਧੀਆ। ਜਿਹੜਾ ਗਿੱਲ ਹਰਜੀਤ ਗਿੱਲ ਨੇ ਗੀਤ ਗਾਇਆ ਬਾਹਾਂ ਗੋਰੀਆਂ ਗਲੇ ਵਿੱਚ ਪਾਉਂਦੀ ਸਾਰੀ ਯਾਦ ਕੂੜੇ, ਇਹ ਗੀਤ ਨੂੰ ਜਿਹੜੇ ਮੈਂ ਗਾਇਆ ਵੀਰੇ ਰਿਕਾਰਡ ਦੇ ਵਿੱਚ ਫੁੱਟੀ ਘੋੜੀ ਲਾਲ ਲਗਾਵਾਂ, ਉਹਦੇ ਵਿੱਚ ਆਊਗਾ ਅਨਾਊਂਸਮੈਂਟ ਕੀ ਹੈ ਜਿੱਥੇ ਰੋਟੀ ਬਣਦੀ ਹੈ ਉੱਥੇ ਗੁਰਦੇਵ ਵੀਰ ਚਾਬੀਆਂ ਲੈ ਕੇ ਚਲੇ ਜਾਵੇ, ਰੋਟੀ ਉਡੀਕ ਰਹੀ ਹੈ ਉਹਨੂੰ। Yeah.
ਇਹਨੂੰ ਤਾਂ ਪੁਰਾਣਾ ਗੁੜ ਖਵਾਉਣੇ ਆ। ਇਹ ਮੂੰਹ ਮੇਰਾ ਤਾਂ ਜ਼ੋਰ ਲੱਗਦਾ, ਜ਼ੋਰ ਇਹਦਾ ਵੀ ਲੱਗਦਾ, ਮੂੰਹ ਮੇਰਾ ਵੀ ਅੱਜ ਹੁੰਦਾ, ਇਹਦਾ ਮੂੰਹ ਤਾਂ ਐਂ ਹੁੰਦਾ ਕਿ ਮੈਂ ਸਾਫ ਦਾ ਖਰਬੂਜਾ ਵਿੱਚ ਲੈਣਾ ਹੁੰਦਾ। ਵੀਰੇ ਗੀਤ ਹੈ ਯਾਰ, ਨਾਲ ਨਾਲ ਜਦੋਂ ਮੈਂ ਜ਼ੋਰ ਲਾ ਕੇ ਗਾਉਣਾ ਨਾਲ ਫਿਕਰ ਕਰੀ ਜਾ ਰਿਹਾ, ਤੇਰਾ ਤਿਲ ਸੈੱਟ ਕਰਦੀ ਹਾਰਮੋਨੀਅਮ ਕਿ ਥੋੜ੍ਹਾ ਜਿਹਾ ਬੇਸ ਫਿਲਮ ਕਰ ਲਿਆ। ਸਿਆਣੇ ਦੇ ਕਹਾਵਤ ਆਪਣੇ ਬਜ਼ੁਰਗਾਂ ਦਾ, ਵੱਡਿਆਂ ਵਡੇਰਿਆਂ ਦਾ, ਪੁਰਾਣੇ ਪੁਰਾਣਿਆਂ ਜਿਹੜੇ ਬਜ਼ੁਰਗਾਂ ਦਾ ਇੱਕ ਇੱਕ ਗੱਲ ਦਾ ਕਹਿੰਦਾ ਹੈ ਵੀਰੇ ਨਿਚੋੜ ਹੈ, ਐ ਕਹਿੰਦਾ ਸਾਰੇ ਸੁਣ ਵਾਲੇ ਸੋਚਿਆ ਜਾਦਾ ਵੀਰੇ, ਮੈਂ ਬਹੁਤ ਸਰਬਾਨੀ ਆ ਮਿੰਦਰ ਸਿੰਘ ਭਾਰਜਾ।
ਮੈਂ ਜੀ ਹੋਰੀ ਮਾਰ ਕਰਦੇ ਨੇ, ਮੈਂ ਬਹੁਤ ਦਰਬਾਦੀ ਹੈ ਬੰਦੇ, ਮਿਹਰਬਾਨੀ ਜੀ ਸਰ ਬਾਹਰ ਹੀ ਗੋੜੀ ਗਾਲੀ ਵੱਟ ਲੈਣੀ ਹੈ।
Oh,
ਜਿਹੜਾ ਲੰਘ ਨਹੀਂ ਸਕਦਾ। ਕੱਚੀ ਕੁੜੀ ਕੈਲ ਮਾਰ ਕੀ ਹੋ ਯਾਰੂ ਪੱਟੜੀ 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 ਕੋਈ ਜੁਗਤ ਬਣਾ ਕੇ ਕੱਚੀ ਕੁੜੀ ਕੈਲ ਮਾਰ ਕੀ ਮਿਹਰਬਾਨੀ ਭਾਈ ਸਵਾਰ ਹੋ ਰਹੀ ਸਵਾਰ ਕਰਦੇ ਨੇ ਉਹਨਾਂ ਦੋਸਤ ਹੋਰ ਮਿਹਰਬਾਨੀ ਸ਼ੁਕਰੀਆ।